ਸੱਪੀ ਕਾਲ ਪ੍ਰਾਈਮ ਟਿਮਿੰਗ ਦੇ ਸਾਰੇ ਦਸਤਾਵਾ ਸਵਾਗਤ ਕਰਦੇ ਹਾਂ ਬਰਨਾਲਾ ਦੇ ਵੱਖ-ਵੱਖ ਜਗ੍ਹਾ ਉੱਤੇ ਵੈਕਸਿਨ ਕੈਂਪ ਲੱਗੇ ਹੋਏ ਹਨ ਉਹਨਾਂ ਵਿੱਚੋਂ ਇੱਕ ਵਿਸ਼ੇਸ਼ ਕੈਂਪ 1844 ਵਰਿਆਂ ਦੇ ਲੋਕਾਂ ਨੂੰ ਵੈਕਸਿਨ ਦਿੱਤੀ ਜਾ ਰਹੀ ਹੈ ਬਰਨਾਲਾ ਦੇ ਨੀਂਦਪੰਡਮ ਸਕੂਲ ਵਿੱਚ ਬਰਨਾਲਾ ਤੋਂ ਚੇਤਨ ਗਰਗ ਤੇ ਹਰੀਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਾਕੀ ਖਬਰਾਂ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਸੱਚੀ ਗੱਲ ਹੈ ਮੇਟੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਚੇਤਨ ਗਰ ਸਹਿਯੋਗੀ ਹਰਿਸ਼ ਕੁਮਾਰ ਦੇ ਨਾਲ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਦੇ ਸਕੂਲ ਫੋਰ ਡੈਫ ਜੋ ਇੱਕ ਸੰਸਥਾ ਪਵਨ ਸੇਵਾ ਸਮਿਤੀ ਚਲਾ ਰਹੀ ਹੈ ਸਪੈਸ਼ਲ ਬੱਚੇ ਜਿਨ੍ਹਾਂ ਦੇ ਅੱਜ ਸੇਵਾ ਸਮਿਤੀ ਵੱਲੋਂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਹੈ ਉਹਨਾਂ ਬੱਚਿਆਂ ਦੇ ਜੋ ਟੀਚਰ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਇੱਥੇ ਸਾਡੇ ਨਾਲ ਮੌਜੂਦ ਨੇ ਮੈਡਮ ਦਿਪਤੀ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਅੱਜ ਦਾ ਜਿਹੜਾ ਵੈਕਸੀਨੇਸ਼ਨ ਕੈਂਪ ਹੈ ਇਹਨਾਂ ਬੱਚਿਆਂ ਲਈ ਸਮਰਪਿਤ ਕੀਤਾ ਗਿਆ ਕੀ ਕਹਿਣਾ ਚਾਹਣਗੇ ਮੈਡਮ ਨਮਸਕਾਰ ਜੀ ਨਮਸਕਾਰ ਜੀ ਮੈਡਮ ਅੱਜ ਜਿਹੜਾ ਇਹ ਵੈਕਸੀਨੇਸ਼ਨ ਕੈਂਪ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਪਵਨ ਸੇਵਾ ਸਮਿਤੀ ਦੀ ਮੌਜੂਦਗੀ ਦੇ ਵਿੱਚ ਉਸ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਭੀ ਜਨ ਕੇ ਜਿਹੜੇ ਸਾਡੇ ਡਿਸੇਬਲ ਬੱਚੇ ਹੁੰਦੇ ਨੇਗੇ ਇਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਹੈਗਾ ਉਹ ਤੁਹਾਨੂੰ ਪਤਾ ਵੈਸੇ ਤਾਂ ਬਹੁਤ ਸਟਰੋਂਗ ਹੁੰਦੇ ਨੇ ਪਰ ਐਸੀ ਨਹੀਂ ਚਾਹੁੰਦੇ ਸੀ ਵੀ ਇਹ ਹਸਪੀਟਲ 'ਚ ਜਾਣ ਲਾਈਨਾ ਚ ਲੱਗਾ ਨਾ ਸਾਡੇ ਜਿੰਨੇ ਵੀ ਜਨ ਕੇ ਜਿਹੜੇ ਸਾਡੇ ਸਟੇਟ ਦੇ ਕੋਆਰਡੀਨੇਟਰ ਨੇਗੇ ਸਰਦਾਰ ਅਮਰਜੀਤ ਸਿੰਘ ਆਨੰਦ ਜੀ ਉਹਨਾਂ ਦੇ ਉਪਰਾਲੇ ਨਾਲ ਇਹ ਡਿਸੇਬਲ ਕੈਂਪਸਾਰੇ ਜ਼ਿਲ੍ਹਿਆਂ ਦੇ ਵਿੱਚ ਲੱਗ ਰਹੇ ਨੇਗੇ ਜਿਹਦੇ ਵਿੱਚ ਜਿਹੜੇ ਵੀ ਜਿੱਥੇ ਕੋਈ ਸੈਂਟਰ ਦੇ ਵਿੱਚ ਸਕੂਲ ਹੈ ਉਸ ਸਕੂਲ ਨੂੰ ਉਸ ਵੈਕਸੀਨੇਸ਼ਨ ਕੈਂਪ ਚੁਣਿਆ ਗਿਆ ਤੇ ਸਾਨੂੰ ਡਿਸਟ੍ਰਿਕਟ ਕੋਆਰਡੀਨੇਟਰ ਬਣਾਇਆ ਗਿਆ ਹੈਗਾ ਤੇ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਹੇ ਨੇ ਬੱਚੇ ਇਹ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀ ਵੀ ਜਨ ਕੇ ਮਨਜ਼ੂਰੀ ਨੂੰ ਮੰਨਿਆ ਹੈਗਾਗਾ ਔਰ ਸਕੂਲ ਦੇ ਵਿੱਚ ਇਹ ਕੈਂਪ ਲਗਾਇਆ ਬਾਕੀ ਆਪਾਂ ਬੱਚਾ ਤੋਂ ਲੈਣੇ ਜਾਣਕਾਰੀ ਵੀ ਇਹ ਕਿੰਨੇ ਕੁ ਖੁਸ਼ ਨੇ ਇਸ ਇੰਜੈਕਸ਼ਨ ਨੂੰ ਲਗਵਾ ਕੇ ਮੈਡਮ ਸਾਨੂੰ ਬੱਚਿਆਂ ਤੋਂ ਜਾਣਕਾਰੀ ਦਿਵਾਉਣਗੇ ਵੀ ਇਹ ਸਪੈਸ਼ਲ ਬੱਚੇ ਨੇ ਕਿਸੇ ਤੋਂ ਬੋਲਿਆ ਨਹੀਂ ਜਾਂਦਾ ਯਾ ਕਿਸੇ ਤੋਂ ਸੁਣਿਆ ਨਹੀਂ ਜਾਂਦਾ ਜੋ ਪਰਮਾਤਮਾ ਵੱਲੋਂ ਇਹ ਬੱਚਿਆਂ ਨੂੰ ਧਰਤੀ ਤੇ ਭੇਜਿਆ ਗਿਆ ਉਹਨਾਂ ਦੇ ਵਿੱਚ ਜੋ ਇਹ ਆਪਦੇ ਜਿਸ ਤਰੀਕੇ ਨਾਲ ਇਹ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਸ ਤਰੀਕੇ ਨਾਲ ਸਾਨੂੰ ਦੱਸਣਗੇ ਇਸ ਵੀਡੀਓ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਕੁਝ ਮੈਡਮ ਬੱਚਿਆਂ ਤੋਂ ਖੁਸ਼ੀ ਜ਼ਾਹਰ ਕਿਸ ਤਰੀਕੇ ਨਾਲ ਕਰਦੇ ਨੇ ਹਾਂ ਹਾਂ ਅੱਜ ਜੋ ਮੈਂ ਕੁਐਸਚਨ ਕਰਾਂ ਤੇ ਤੁਸੀਂ ਅਨਸਰ ਅੱਜ ਇੰਜੈਕਸ਼ਨ ਕਿਉਂ ਲਗਾਉ ਹਾਂ ਬਿਆਸ ਬਹੁਤ ਹੀ ਵਧੀਆ ਇਹ ਉਪਰਾਲਾ ਸਕੂਲ ਦੇ ਵਿੱਚ ਅਸੀਂ ਆਏ यह इंजैक्शन लगे ने जो कि बीमारी लाई ठीक है और साडी सेहत साहत भी ठीक है ये बहुत ही वीये सारे सारे खुश सारे खुश बताओ मास्क नीचे उतार के बताओ सारे खुश हां खुश सारे बच्चे कहंदे ਅਸੀਂ ਵੈਕਸੀਨੇਸ਼ਨ ਲਗਵਾ ਕੇ ਬਹੁਤ ਖੁਸ਼ ਆਂਗੇ ਤੇ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਜਿਨ੍ਹਾਂ ਨੇ ਸਾਨੂੰ ਭੀੜ ਭੜਕੇ ਤੋਂ ਆ ਆਰਾਮਦਾਇਕ ਜਗ੍ਹਾ ਦੇ ਵਿੱਚ ਸਾਨੂੰ ਇੰਜੈਕਸ਼ਨ ਲੱਗੇ ਨੇਗੇ ਬਹੁਤ ਹੀ ਵਧੀਆ ਸਾਰਿਆਂ ਦਾ ਧੰਨਵਾਦ ਹੈ ਜੀ ਮੈਡਮ ਮੇਰਾ ਅਖੀਰਲਾ ਸਵਾਲ ਇਸ ਸਕੂਲ ਦੇ ਵਿੱਚ ਕਿੰਨੇ ਬੱਚੇ ਨੇ ਕਿੰਨੇ ਬੱਚਿਆਂ ਦੇ ਜਿਹੜੀ ਵੈਕਸੀਨੇਸ਼ਨ ਹੈ ਪੂਰੀ ਹੋਈ ਹੈ ਕੀ ਇਹਦੇ ਵਿੱਚ ਕੋਈ ਬੱਚੇ ਐਸੇ ਵੀ ਨੇ ਜਿਹੜੇ ਗੈਰ ਹਾਜ਼ਰ ਨੇ ਇਹ ਸਾਰੇ ਹੀ ਸਕੂਲ ਨੇ ਜਿਨ੍ਹਾਂ ਦੇ ਟੋਟਲ ਬੱਚੇ ਨੇ ਉਹਨਾਂ ਦੇ ਸਾਰਿਆਂ ਦੇ ਵੈਕਸੀਨੇਸ਼ਨ ਜਿਹੜੀ ਪ੍ਰੋਪਰ ਤੌਰ ਤੇ ਲੱਗ ਚੁੱਕੀ ਹੈ ਸਕੂਲ ਦੇ ਵਿੱਚ ਤਾਂ 120 ਦੇ ਲਗਭਗ ਬੱਚੇ ਨੇ ਪਰ ਜਿਹੜੇ 18 ਤੋਂ ਆਪਾ ਬੱਚੇ ਨੇ ਅਸੀਂ ਉਹਨਾਂ ਦੇ ਹੀ ਵੈਕਸੀਨੇਸ਼ਨ ਲਵਾਈ ਹੈ ਤੇ ਹੁਣ ਤੱਕ ਜਨਕਿ ਉਹ ਜੇ ਬੱਚਿਆਂ ਦੇ ਜਨਕਿ 50 ਤੋਂ ਉੱਪਰ ਵੈਕਸੀਨੇਸ਼ਨ ਲੱਗ ਚੁੱਕੀ ਹੈ ਔਰ 30 ਵੀ ਜਨਕਿ ਇਹਨਾਂ ਦੇ ਕੇਅਰ ਗੀਵਰਸ ਨੇਗੇ ਉਹਨਾਂ ਦੇ ਵੀ ਲੱਗ ਚੁੱਕੀ ਹੈ ਜੋ ਇਹਨਾਂ ਦੀ ਦੇਖਭਾਲ ਕਰਦੇ ਨੇ ਉਹਨਾਂ ਦੇ ਵੀ ਇੰਜੈਕਸ਼ਨ ਲੱਗ ਰਹੀ ਹੈਗੀ ਧੰਨਵਾਦ ਜੀ